ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈੱਲ ਆਈਕਨ ਨੂੰ ਪ੍ਰੈਸ ਕਰੋ। ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦੇ ਮੌਕੇ ਬਟਾਲਾ ਦੇ ਸਥਾਨਕ ਸ਼ਿਵ ਆਡੀਟੋਰੀਅਮ ਦੇ ਵਿੱਚ ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਬਹੁਤ ਵਧੀਆ ਉਪਰਾਲਾ ਕਰਦੇ ਹੋਏ ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੀ ਅਗਵਾਈ ਬਟਾਲਾ ਦੇ SSP ਉਪਿੰਦਰਜੀਤ ਸਿੰਘ ਘੁੰਮਣ ਦੇ ਵੱਲੋਂ ਕੀਤੀ ਗਈ ਹੈ। ਇਸ ਤੋਂ ਇਲਾਵਾ SMO ਸਿਵਲ ਹਸਪਤਾਲ ਬਟਾਲਾ ਡਾਕਟਰ ਸੰਜੀਵ ਭੱਲਾ, ਬਟਾਲਾ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ, ਸਕੂਲੀ ਬੱਚਿਆਂ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਇਸ ਪ੍ਰੋਗਰਾਮ ਦੇ ਵਿੱਚ ਖਾਸ ਸ਼ਿਰਕਤ ਕੀਤੀ ਹੈ। ਇਸ ਮੌਕੇ ਆਪਣੇ ਸੰਬੋਧਨ ਦੇ ਵਿੱਚ SMO ਭੱਲਾ ਅਤੇ SSP ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਸਾਰਿਆਂ ਨੂੰ ਨਸ਼ਿਆਂ ਖਿਲਾਫ਼ ਛੇੜੀ ਇਸ ਮੁਹਿੰਮ 'ਚ ਉਹਨਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ ਅਤੇ ਨਸ਼ਿਆਂ ਦੇ ਆਦੀ ਹੋਏ ਨੌਜਵਾਨਾਂ ਨਾਲ ਪਿਆਰ ਪੂਰਨ ਵਿਹਾਰ ਕਰਨ ਦੀ ਵੀ ਅਪੀਲ ਕੀਤੀ। SSP ਬਟਾਲਾ ਨੇ ਸਭ ਨੂੰ ਕਿਹਾ ਕਿ ਉਹ ਨਸ਼ਿਆਂ ਦੇ ਸੌਦਾਗਰਾਂ ਨੂੰ ਫੜਾਉਣ ਲਈ ਉਹਨਾਂ ਦਾ ਸਾਥ ਦੇਣ। ਇਸ ਮੌਕੇ ਨਸ਼ਿਆਂ ਦਾ ਤਿਆਗ ਕਰ ਮੁੱਖ ਧਾਰਾ ਵਿੱਚ ਸ਼ਾਮਲ ਹੋਏ ਨੌਜਵਾਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇੱਥੇ ਸਮਾਜ ਦੇ ਸਾਰੇ ਵਰਗਾਂ ਨੇ ਸ਼ਾਮਲ ਹੋਏ ਅਤੇ ਉਹਦੇ 'ਚ ਇਹੀ ਗੱਲ ਕੀਤੀ ਗਈ ਹੈ ਵੀ ਜਿਹੜਾ ਨਸ਼ੇ ਦਾ ਚੱਲਦਾ ਹੈ ਪੰਜਾਬ 'ਚ ਕਾਫੀ ਹੱਦ ਤੱਕ ਹੈਗੀ ਇਹਦੇ ਜਿਹੜੀ ਬਾਕੀ ਰਹਿੰਦੀ ਉਹਨੂੰ ਇਸ ਜਲਦੀ ਤੋਂ ਜਲਦੀ ਰੱਖਣਾ ਚਾਹੁੰਦੀ। ਬੱਚਿਆਂ ਨੂੰ ਜਿਹੜੇ ਬੱਚੇ ਨਸ਼ੇ ਦੀ ਗ੍ਰਸਤ ਹੈਗੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਬੱਚਿਆਂ ਨੂੰ ਮੋਟੀਵੇਟ ਕਰਕੇ ਉਹਨਾਂ ਬੱਚੇ ਕਿਉਂਕਿ ਇਹੀ ਇੱਕ ਜ਼ਰੀਆ ਜਿਹਦੇ ਨਾਲ ਪੰਜਾਬ ਜਿਹੜਾ ਨਸ਼ਾ ਕੋਈ 5-7 ਸਾਲ ਪਹਿਲਾਂ ਕਾਫੀ ਨਸ਼ੇ ਦੇ ਵਿੱਚ ਫਸ ਗਿਆ ਸੀ। ਮੇਰੇ ਯਾਰ ਦੋਸਤ ਇੱਦਾਂ ਦੇ ਸੀ ਕਿ ਜਦੋਂ ਆਵਾਜ਼ ਮਾਰਨੀ ਹੋਰ ਤਾਂ ਕੰਮ ਦੱਸਿਆ ਨਹੀਂ ਉਹਨਾਂ ਨੇ ਮੈਨੂੰ, ਸਿਰਫ ਨਸ਼ੇ ਵਾਸਤੇ ਮੈਨੂੰ ਆਵਾਜ਼ ਮਾਰਨੀ ਕਿ ਆਹ ਕਰੀਏ, ਆਹ ਖਾ ਲਈਏ, ਜੇ ਖਾ ਲਈਏ। ਉਸ ਤੋਂ ਬਾਅਦ ਮੈਨੂੰ ਹੁਣ ਤੋਂ 2 ਸਾਲ ਪਹਿਲਾਂ ਜਦੋਂ ਮੈਨੂੰ ਡਾਕਟਰ ਸਾਹਿਬ SMO ਮਿਲਿਆ ਅਤੇ ਉਹਨਾਂ ਨੂੰ ਮੈਂ ਮਿਲਿਆ, ਉਹਨਾਂ ਮੇਰੀ ਸਰਕਾਰੀ ਹੋਸਪਿਟਲ ਦਵਾਈ ਚਾਲੂ ਕੀਤੀ, ਕੁਛ ਮੈਨੂੰ ਪ੍ਰਾਈਵੇਟ ਦਵਾਈਆਂ ਵੀ ਉਹ ਦਵਾਉਂਦੇ ਰਹੇ ਆ, ਬਾਕੀ ਹੋਰ ਮੈਨੂੰ ਪਿਆਰ ਵੀ ਬੜਾ ਉਹਨਾਂ ਜਿਤਾਇਆ SMO ਬਟਾਲਾ ਸਾਹਿਬ ਨੇ। ਅਤੇ ਮੈਨੂੰ ਇੱਥੇ ਤੱਕ ਉਹਨਾਂ ਨੇ 2 ਸਾਲ ਦੇ ਵਿੱਚ ਇੰਨਾ ਵਧੀਆ ਕਾਬਿਲ ਕਰ ਦਿੱਤਾ ਕਿ ਇਸ ਵੇਲੇ ਮੈਨੂੰ ਕੋਈ ਵੀ ਨਸ਼ੇ ਦੀ ਲੋੜ ਨਹੀਂ ਹੈਗੀ। ਨਾ ਹੀ ਮੈਂ ਇਹ ਸਾਰਿਆਂ ਨੂੰ ਕਹਿਣਾ ਚਾਹਾਂਗਾ ਕਿ ਸਾਰੇ ਮੇਰੇ ਵੀਰ ਭਰਾ ਜਿਸ ਤਰ੍ਹਾਂ ਵੀ ਮੈਨੂੰ ਸੁਣਦੇ ਹੋਣ, ਕਈ ਤਾਂ ਮੈਨੂੰ ਗਾਲਾਂ ਵੀ ਕੱਢਦੇ ਹੋਣਗੇ, ਖਰੇ ਬੰਦਾ ਝੂਠ ਬੋਲਦਾ ਵਾ, ਪਰ ਮੈਂ ਅੱਜ ਵੀ ਆਪਣੇ ਆਪ ਨੂੰ ਇਹ ਕਹਿੰਦਾ ਕਿ ਮੈਨੂੰ ਕੋਈ ਆਦਮੀ ਸਵੇਰ ਤੋਂ ਲੈ ਕੇ 1 ਮਹੀਨਾ 1.5 ਮਹੀਨਾ 2 ਮਹੀਨੇ ਆਪਣੇ ਨਾਲ ਰੱਖ ਸਕਦਾ ਵਾ 24 ਘੰਟੇ, ਕਿ ਮੈਂ ਨਸ਼ੇ ਤੋਂ ਬਿਲਕੁਲ ਰਹਿਤ ਹੋ ਗਿਆ ਹਾਂ। ਅਤੇ ਮੇਰੇ ਸਾਰੇ ਵੀਰਾਂ ਨੂੰ ਇਹੀ ਬੇਨਤੀ ਹੈ ਕਿ ਇਹ ਨਸ਼ਿਆਂ ਨੂੰ ਛੱਡੋ, ਆਪਣਾ ਪੰਜਾਬ ਬਚਾਓ, ਆਪਣਾ ਪਰਿਵਾਰ ਬਚਾਓ ਅਤੇ ਆਪਣੇ ਲਾਗੇ ਲਾਗੇ ਪਿੰਡਾਂ ਨੂੰ ਵੀ ਇਹ ਅਨਾਊਂਸ ਕਰੋ ਕਿ ਨਸ਼ਿਆਂ ਵਿੱਚ ਕੁਛ ਨਹੀਂ ਰੱਖਿਆ, ਜਿਹੜਾ ਨਸ਼ਾ ਖਾਏਗਾ ਉਹ ਅੱਜ ਵੀ ਹੈਨੀ, ਉਹ ਕੱਲ੍ਹ ਵੀ ਹੈਨੀ। ਬਟਾਲਾ ਤੋਂ ਨਿੰਕੂ ਰਾਜਾ ਦੀ ਰਿਪੋਰਟ, ਦਿਵਿਆ ਪੰਜਾਬ ਟੀਵੀ।